ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਸਾਬਕਾ ਕੁਲਪਤੀ ਡਾਕਟਰ ਰਜਨੀਸ਼ ਅਰੋੜਾ ਨੂੰ ਕਪੂਰਥਲਾ ਪੁਲਿਸ ਨੇ ਉਸਦੇ ਨਿਵਾਸ ਸਥਾਨ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰ ਲਿਆ। ਉਸਦੇ ਇਲਜ਼ਾਮ ਸੀ ਕਿ ਜਦੋਂ ਪੀਟੀਯੂ 'ਚ ਵਾਈਸ ਚਾਂਸਲਰ ਸਨ ਤਾਂ ਉਹਨਾਂ ਨੇ ਉਸ ਸਮੇਂ ਆਪਣੇ ਅਹੁਦੇ ਦਾ ਦੁਰਉਪਯੋਗ ਕਰਕੇ ਕਈ ਗੈਰ ਕਾਨੂੰਨੀ ਨਿਯੁਕਤੀਆਂ ਕਰਕੇ ਕਰੋੜਾਂ ਦਾ ਘੁਟਾਲਾ ਕੀਤਾ ਸੀ। ਵਿਜੀਲੈਂਸ ਵੱਲੋਂ ਉਸ ਨੂੰ ਕਪੂਰਥਲਾ ਅਦਾਲਤ 'ਚ ਪੇਸ਼ ਕੀਤਾ ਗਿਆ ਅਤੇ ਅਰੋੜਾ ਨੂੰ 4 ਦਿਨਾਂ ਲਈ ਵਿਜੀਲੈਂਸ ਰਿਮਾਂਡ 'ਤੇ ਭੇਜ ਦਿੱਤਾ। ਇਸ ਸਬੰਧੀ ਕੋਰਟ ਤੋਂ ਬਾਹਰ ਆਉਂਦੇ ਸਮੇਂ ਰਜਨੀਸ਼ ਅਰੋੜਾ ਤੋਂ ਇਸ ਬਾਰੇ ਪੁੱਛੇ ਗਏ ਸਵਾਲ 'ਤੇ ਉਹਨਾਂ ਕਿਹਾ ਕਿ ਮੈਂ ਬੇਕਸੂਰ ਹਾਂ, ਇਹ ਸਭ ਇਲਜ਼ਾਮ ਝੂਠੇ ਹੈ ਔਰ ਮੈਨੂੰ ਕੋਰਟ 'ਤੇ ਪੂਰਾ ਵਿਸ਼ਵਾਸ ਹੈ। ਅਰੋੜਾ ਦੇ ਵਕੀਲ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਗਿਆ ਕਿ ਇਸ ਵਿੱਚ ਮੌਜੂਦਾ ਸਰਕਾਰ ਦਾ ਹੱਥ ਹੈ। ਐਕਸ ਵਾਈਸ ਚਾਂਸਲਰ ਦੇ ਖਿਲਾਫ ਜਿਹੜਾ ਇਹਨਾਂ ਨੇ ਵਿਜੀਲੈਂਸ ਬਿਊਰੋ ਵਾਲਿਆਂ ਨੇ ਪਰਚਾ ਦਰਜ ਕੀਤਾ, ਐਫ ਆਈ ਆਰ ਦਰਜ ਕੀਤੀ ਹੈ, ਇਹ ਇਸ ਤਰ੍ਹਾਂ ਜਾਪਦਾ ਜਿਸ ਤਰ੍ਹਾਂ ਕਿ ਪੁਰਾਣਾ ਕੋਈ ਸ਼ਾਇਦ ਉਹ ਪੰਜਾਬ ਨਵੀਂ ਗੌਰਮੈਂਟ ਆਈ ਨੇ ਕੋਈ ਇਹਨਾਂ ਦੇ ਨਾਲ ਕੋਈ ਖੁੰਦਕ ਵਗੈਰਾ ਕੀਤੀ ਜਿਸ ਤਰ੍ਹਾਂ ਕੱਢੀ ਹੁੰਦੀ ਹੈ। ਬਾਕੀ ਇਹ ਹੈ ਕਿ ਹਾਲੇ ਕੇਸ ਇਨੀਸ਼ੀਅਲ ਸਟੇਜ 'ਤੇ ਹੈ, ਅੱਜ ਰਿਮਾਂਡ ਲਈ ਪੇਸ਼ ਕੀਤਾ ਗਿਆ ਸੀਗਾ, 4 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਕੋਰਟ ਨੇ, ਡਿਮਾਂਡ 10 ਦਿਨ ਦੀ ਸੀ, ਬਟ ਅਗਰ ਐਫ ਆਈ ਆਰ ਤੁਸੀਂ ਸਾਰੇ ਪੜ੍ਹੋਗੇ ਤਾਂ ਤੁਸੀਂ ਆਪ ਮੇਕਆਊਟ ਕਰ ਲਓਗੇ ਕਿ ਇਹ ਜਿਹੜਾ ਕੇਸ ਹੈ ਕਿਸ ਬੇਸਿਸ 'ਤੇ ਹੈ। 409 ਔਰ ਕਰਪਸ਼ਨ ਐਕਟ ਲਗਾਇਆ ਗਿਆ ਜਦਕਿ ਇੱਕ ਵੀ ਇਨਗਰੀਡੀਐਂਟ ਉਹਦਾ ਕੋਈ ਫੁਲਫਿਲ ਨਹੀਂ ਹੁੰਦਾ, ਨਾ ਹੀ ਇਹ ਕਿਤੇ ਵੀ ਐਲੀਗੇਸ਼ਨ ਹੈ ਕਿ ਇਹਨਾਂ ਨੇ ਕੋਈ ਆਪਣੀ ਮਿਸਯੂਜ਼ ਕੀਤੀ ਪਾਵਰ ਫੋਰ ਪਿਕਿਊਨਰੀ ਬੈਨੀਫਿਟਸ। ਸੋ ਬਸ ਬਾਕੀ ਦੇਖੋ ਹਾਲੇ ਕੇਸ ਇਨੀਸ਼ੀਅਲ ਸਟੇਜ 'ਤੇ। ਰਾਜਨੀਤੀ ਦਾ ਆਫ ਹੈਂਡ ਤਾਂ ਇਹੀ ਲੱਗਦਾ ਜੀ ਬਿਲਕੁਲ ਕਿ ਇਹ ਇਹਨਾਂ ਨੂੰ ਜਿਹੜਾ ਹੈ ਰਾਜਨੀਤਿਕ ਸ਼ਰਿਅੰਤਰ ਦਾ ਬਣਾਇਆ ਗਿਆ ਹੈ। ਬਾਕੀ ਆਹਿਸਤਾ ਆਹਿਸਤਾ ਜਦੋਂ ਆਏਗੀ ਬਾਕੀ ਸਾਹਮਣੇ ਫਿਰ ਪਤਾ ਚੱਲੇਗਾ। ਇਸ ਸੰਬੰਧ 'ਚ ਸੀਨੀਅਰ ਭਾਜਪਾ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਨਰੋਤਮ ਦੇਵਵਰਤੀ ਦਾ ਕਹਿਣਾ ਕਿ ਅਰੋੜਾ ਨੇ ਕੁਲਪਤੀ ਬਣਨ ਤੋਂ ਬਾਅਦ ਪੀਟੀਯੂ ਦਾ ਮਿਆਰ ਚੁੱਕਿਆ ਹੈ। ਇਹ ਤਾਂ ਕਲੀਅਰ ਕੱਟ ਇੱਦਾਂ ਲੱਗਦਾ ਹੈ ਕਿ ਪੋਲੀਟੀਕਲ ਵੈਂਡੇਟਾ ਹੀ ਹੈਗਾ, ਕਿਉਂਕਿ ਪਿਛਲੇ ਤੁਸੀਂ ਪੰਜਾਬ ਟੈਕਨੀਕਲ ਯੂਨੀਵਰਸਿਟੀ ਦਾ 15 ਸਾਲ ਦਾ ਰਿਕਾਰਡ ਦੇਖੋ ਔਰ ਜਿਹੜੇ ਟੈਨਿਓਰ ਦੇ ਵਿੱਚ ਰਜੀਸ਼ ਅਰੋੜਾ ਜੀ ਵਾਈਸ ਚਾਂਸਲਰ ਜਦੋਂ ਤੋਂ ਬਣੇ ਆ, ਯੂਨੀਵਰਸਿਟੀ ਦਾ ਵਜੂਦ ਲੋਕਾਂ ਨੂੰ ਉਦੋਂ ਤੋਂ ਦਿਸਣ ਲੱਗਾ, ਕਿਤਨੇ ਹੀ ਕਾਲਜ ਐਫੀਲੀਏਟ ਹੋਏ ਇਹਦੇ ਨਾਲ, ਕਿਤਨੇ ਹੀ ਸਟੂਡੈਂਟ ਚੋਂ ਨਿਕਲੇ ਆ ਔਰ ਇਹਨਾਂ ਨੇ ਇੱਕ ਇੰਡੀਅਨ ਮੈਪ ਦੇ ਉੱਤੇ ਯੂਨੀਵਰਸਿਟੀ ਲੈ ਆਉਂਦੀ ਔਰ ਉਹਨਾਂ ਨਾਲ ਇਸ ਤਰ੍ਹਾਂ ਕੀਤਾ ਜਾਵੇ, ਬਹੁਤ ਵੱਡਾ ਧੱਕਾ ਹੈ। ਮੈਂ ਤਾਂ ਇੰਨਾ ਹੀ ਕਹੂੰਗਾ, ਇੱਕ ਨਿਹਾਇਤ ਓਨੈਸਟ ਨਿਹਾਇਤ ਐਫੀਸ਼ੈਂਟ ਆਫੀਸਰ ਦੇ ਨਾਲ ਇਹ ਧੱਕਾ ਹੈ। ਕਿਹੜਾ ਜੀ ਮੈਂ ਤੁਸੀਂ ਮੈਨੂੰ ਪੁੱਛਿਆ ਤਾਂ ਓਫੈਂਡ ਇਹ ਨਜ਼ਰ ਆ ਰਿਹਾ, ਇੱਕ ਨਵੇਂ ਪੈਸੇ ਦਾ ਇਹ ਵਿਅਕਤੀ ਰਵਦਾਰ ਨੇ, ਇੱਕ ਨਵੇਂ ਪੈਸੇ ਦਾ ਇਹ ਬੰਦਾ, ਰਾਜਨੀਤਿਕ ਰੰਜਿਸ਼ ਤਾਂ ਵੀ, ਹਾਂ ਇਹੀ ਲੱਗਦਾ। ਬਿਊਰੋ ਰਿਪੋਰਟ, ਸਪੋਕਸਮੈਨ ਟੀਵੀ।